ਤੇ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਤੇ ਉਸ ਤੋਂ ਬਚਣ ਦੇ ਤਰੀਕੇ ਦੱਸ ਰਹੀਆਂ ਹਨ। ਉਸੇ ਲੜੀ ਦੇ ਤਹਿਤ ਅੱਜ ਨਿਊ ਪ੍ਰੈਸ ਕਲੱਬ ਰਾਜਪੁਰਾ ਦੇ ਪ੍ਰਧਾਨ ਸੁਦੇਸ਼ ਤਨੇਜਾ ਤੇ ਸੈਕਟਰੀ ਰਣਜੀਤ ਸਿੰਘ ਦੀ ਅਗਵਾਈ ਵਿੱਚ ਰਾਜਪੁਰਾ ਦੇ ਫੁਹਾਰਾ ਚੌਂਕ ਤੇ ਤਕਰੀਬਨ 2000 ਦੇ ਕਰੀਬ ਫੇਸ ਮਾਸਕ ਬੰਨੇ ਗਏ, ਜਿਸ ਵਿੱਚ ਹਲਕਾ ਵਿਧਾਇਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਅਤੇ ਅੱਗੋਂ ਵੀ ਸਮਾਜ ਭਲਾਈ ਦੇ ਕੰਮਾਂ ਦੇ ਲਈ ਕਲੱਬ ਤੋਂ ਉਮੀਦ ਜਿਤਾਈ। ਮਾਸਕ ਦੀ ਵੰਡਣ ਦੀ ਜਿਹੜੀ ਫ੍ਰੀ ਆਫ ਕਾਸਟ ਜਿਹੜੇ ਮਾਸਕਾਂ ਉਹ ਜਿਹੜੇ ਹੈਗੇ ਆ ਉਹ ਨਿਊ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਜਿਹੜੇ ਦਿੱਤੇ ਜਾ ਰਹੇ ਆ। ਸੋ ਮੈਂ ਇਸ ਗੱਲ ਦੇ ਲਈ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਬਹੁਤ ਜ਼ਰੂਰਤ ਆ, ਖਾਸ ਕਰਕੇ ਉਹ ਵਿਅਕਤੀ ਜਿਹੜੇ ਮਾਸਕ ਨਹੀਂ ਲੈ ਸਕਦੇ ਜਾਂ ਜਿਹੜੇ ਵਿਅਕਤੀ ਇਹ ਜਿਨ੍ਹਾਂ ਦੀ ਹੋਂਦ ਤੋਂ ਬਾਹਰ ਹੈ ਉਹਨਾਂ ਨੂੰ ਇਹਨਾਂ ਨੇ ਫ੍ਰੀ ਆਫ ਕੋਸਟ ਜਿਹੜੇ ਹੈਗੇ ਆ ਮਾਸਕ ਉਹ ਪ੍ਰੋਵਾਈਡ ਕਰਾਏ ਆ ਅਤੇ ਜਿਹੜੀ ਕਿ ਇਹ ਭਿਆਨਕ ਬਿਮਾਰੀ ਆ ਉਸ ਬਿਮਾਰੀ ਤੋਂ ਤਾਂ ਕਿ ਬਚਿਆ ਜਾਵੇ, ਕਿਉਂਕਿ ਬਹੁਤ ਜ਼ਰੂਰੀ ਹੈ। ਸਾਨੂੰ ਜਿਹੜੀਆਂ ਗਾਈਡਲਾਈਨਜ਼ ਨੇ ਹੈਲਥ ਡਿਪਾਰਟਮੈਂਟ ਦੀਆਂ ਉਹਦੇ ਅਨੁਸਾਰ ਜਿਹੜਾ ਇਹ ਅਸੀਂ ਜਿਹੜਾ ਹੈਗਾ ਇਸ ਗੱਲ ਤੋਂ ਇਸ ਬਿਮਾਰੀ ਤੋਂ ਜਿਹੜਾ ਬਚਾਅ ਉਹ ਕਰ ਸਕਦੇ ਆ, ਤਾਂ ਕਿ ਇਹ ਚਾਹੇ ਉਹ ਆਪਣਾ ਸੈਨੀਟਾਈਜ਼ਰ ਹੋਣ, ਚਾਹੇ ਮਾਸਕ ਹੋਣ ਜਾਂ ਕੋਈ ਹੋਰ ਵੀ ਜਿਹੜਾ ਜੋ ਵੀ ਫੈਸਿਲਿਟੀ ਅਸੀਂ ਦੇ ਸਕਦੇ ਆ ਉਹ ਜਿਹੜੀ ਹੈਗੀ ਆ ਸਾਨੂੰ ਜ਼ਰੂਰ ਦੇਣੀ ਚਾਹੀਦੀ ਹੈ। ਇਸ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਇਸ ਦੇ ਨਾਲ ਹੀ ਦਿੱਲੀ ਬਾਰਡਰ ਧਰਨੇ ਤੇ ਬੈਠੇ ਹੋਏ ਕਿਸਾਨਾਂ ਲਈ ਰੱਬ ਤੋਂ ਖੈਰ ਮੰਗੀ ਤੇ ਕਿਹਾ ਕਿ ਕਿਸਾਨ ਜੋ ਸੰਘਰਸ਼ ਕਰ ਰਹੇ ਹਨ ਉਸ ਨੂੰ ਜਿੱਤ ਕੇ ਵਾਪਸ ਆਉਣਗੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਜਾਣਦੇ ਹਾਂ। ਇੱਕ ਬੰਦੇ ਦੀ ਲੜਾਈ ਨਹੀਂ ਹੈਗੀ, ਇਹ ਤਾਂ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ। ਅਸੀਂ ਸਾਰੇ ਕਿਸਾਨਾਂ ਦੇ ਬੱਚੇ ਹਾਂ ਤੇ ਸਾਡੀ ਬਹੁਤ ਜ਼ਿਆਦਾ ਹਮਦਰਦੀ ਹੈ ਕਿਸਾਨਾਂ ਦੇ ਨਾਲ। ਮਿਹਨਤ ਕਰਦਾ ਜਿੰਨਾ ਕਿਸਾਨ ਮਿਹਨਤ ਕਰਦੀ ਹੁੰਦੀ ਆ, ਜੇ ਅਸੀਂ ਉਹਨਾਂ ਦੀ ਮਿਹਨਤ ਨਹੀਂ ਕਰਦਾ ਜਿੰਨਾ ਕਿਸਾਨ ਮਿਹਨਤ ਕਰਦੇ ਹੁੰਦੀ ਆ, ਜੇ ਅਸੀਂ ਉਹਨਾਂ ਦੀ ਮੋੜ ਮਿਹਨਤ ਮੁੱਲ ਵੀ ਨਾ ਮੋੜਿਆ ਤਾਂ ਮੈਂ ਕਹਿੰਦਾ ਕਿ ਇਹ ਤਾਂ ਕੁਝ ਕਰ ਸਕਦੇ।